ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਆ ਬਈ ਅੱਜ ਸਾਡੀ ਵੀਡੀਓ ਆ ਬਿਨਾਂ ਇੰਟਰੋ ਤੋਂ ਸਟਾਰਟ ਕੀਤੀ ਆ ਬਈ ਅਸੀਂ ਨੇ ਕਿਉਂਕਿ ਇੰਟਰੋ ਵਿੱਚ ਵੀਰੇ ਬਹੁਤ ਟਾਈਮ ਵੇਸਟ ਹੁੰਦਾ ਅਤੇ ਦੂਜੀ ਗੱਲ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਗੇਮ ਪਲੇਅਰ ਨੂੰ ਬਹੁਤ ਸਪੋਰਟ ਕਰਨ ਲਈ ਇੱਦਾਂ ਹੀ ਕਮੈਂਟ ਕਰਦੇ ਰਹੋ ਅਤੇ ਸਪੋਰਟ ਕਰਦੇ ਰਹੋ ਅਤੇ ਬਈ ਆਹ ਵੀਡੀਓ ਪੂਰੀ ਦੇਖਿਓ ਪਹਿਲਾਂ ਬਈ ਆਹ ਇਸ ਵੀਡੀਓ 'ਚ ਦੇਖ ਲਓ ਤੁਸੀਂ ਵੀ ਕਿਹੜੇ ਕਿਹੜੇ ਟਰੈਕਟਰ ਨੇ ਅਤੇ ਕਿਵੇਂ ਕਿਵੇਂ ਦੇ ਨੇ ਤੁਹਾਨੂੰ ਪਸੰਦ ਵੀ ਨੇ ਨਾ ਕਦੇ ਬਾਅਦ 'ਚ ਤੁਸੀਂ ਕਹੋ ਵੀ ਆਹ ਕੀ ਧੰਦਾ ਕਰਤਾ ਸਾਡਾ ਠੀਕ ਹੈ ਇਸ ਦੀ ਪੂਰੀ ਵੀਡੀਓ ਦੇਖ ਲਓ ਕਿਉਂਕਿ ਬਈ ਤੁਸੀਂ ਫਿਰ ਕਮੈਂਟ ਕਰਦੇ ਹੋ ਸਾਨੂੰ ਵੀ ਸਾਡਾ ਟਰੈਕਟਰ ਨਹੀਂ ਐਡ ਹੋਇਆ ਅਤੇ ਡਾਊਨਲੋਡ ਨਹੀਂ ਹੋ ਰਿਹਾ ਅਤੇ ਤੁਹਾਡਾ ਡਾਟਾ ਵੀ ਵੇਸਟ ਹੁੰਦਾ ਬਈ ਅਤੇ ਇਸ ਲਈ ਆਹ ਵੀਡੀਓ ਪੂਰੀ ਦੇਖੋ ਅਤੇ ਬਈ ਨੀਚੇ ਦਿੱਤੇ ਹੋਏ ਲਿੰਕ ਦੇ ਉੱਪਰ ਟੱਚ ਕਰਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਸ ਦੀ ਪੂਰੀ APK ਜਿਹਦੇ ਵਿੱਚ ਸਾਰੇ ਮੋਡਸ ਹੋਣਗੇ ਅਤੇ ਕੋਈ ਡਿਫੀਕਲਟੀ ਨਹੀਂ ਹੈਗੀ ਸਿੱਧਾ ਲਿੰਕ 'ਤੇ ਕਲਿੱਕ ਕਰੋ ਅਤੇ ਤੁਸੀਂ ਬਰਾਊਜ਼ਰ ਵਿੱਚ ਵਗ ਜਾਓ ਤੁਹਾਡਾ ਜਿਹੜਾ ਕ੍ਰੋਮ ਹੋਏਗਾ ਜਾਂ ਗੂਗਲ ਉਹਦੇ ਵਿੱਚ ਜਾ ਕੇ ਤੁਸੀਂ ਕੁਛ ਸਟੈਪ ਪੂਰੇ ਕਰਕੇ ਆਪਣੀ ਫਾਈਲ ਨੂੰ ਜਿਹੜਾ ਵੀ APK ਹੈ ਡਾਊਨਲੋਡ ਕਰ ਸਕਦੇ ਹੋ ਜਿਵੇਂ ਬਾਈ ਤੁਸੀਂ ਦੇਖ ਸਕਦੇ ਹੋ ਇੱਥੇ ਪ੍ਰੀਤ ਅਤੇ 855 ਆ ਗਿਆ ਵਿਦ ਰੀਅਲ ਵੋਇਸ ਨੇ ਦੋਨੋਂ ਐਨ ਓਕੇ ਨੇ ਬਈ ਆਹ ਦੇਖੋ ਤੁਸੀਂ ਆਹ ਕਿਹੜਾ ਖਰੀਦ ਰਹੇ ਸੀ ਕੋਈ ਤਾਂ ਖਰੀਦ ਰਹੇ ਹਾਂ ਇਹ ਖਰੀਦਿਆ ਗਿਆ ਕਿਹੜਾ ਬਈ ਆ ਨਾਟਕ ਕਰਾਂ ਬਈ ਸਿੱਧੂ ਮੂਸੇ ਵਾਲਾ ਹੈ ਕੋਈ ਹੋਰ ਤੁਸੀਂ ਦੇਖਿਆ ਬਈ ਆਹ ਦੇਖ ਲਓ ਇੱਕ ਦੋ ਹੋ ਗਏ ਹੁਣ ਆਪਣੇ ਕੋਲ ਅਤੇ ਆਹ ਦੇਖੋ ਕਿਵੇਂ ਦਾ ਬਈ VMW ਦੈਨ ਪੂਰਾ ਓਕੇ ਡੈੱਕ ਲੱਗਿਆ ਹੋਇਆ ਅਤੇ ਛੱਤਰੀ ਲਈ ਹੋਈ ਆ ਅਤੇ ਅੱਗੇ ਚੌੜੇ ਟਾਇਰ ਨੇ ਤੁਸੀਂ ਦੇਖ ਸਕਦੇ ਹੋ ਅਤੇ ਅੱਗੇ ਦੇਖੋ ਕਿਹੜਾ ਆ ਬਈ ਬਾਈ ਆਹ ਬਈ ਇਹ ਝੋਟੇ ਨਸਲ ਦਾ ਬਈ ਆ ਮੁਰਾ ਨਸਲ ਦਾ ਆਪਾਂ ਕਹਿ ਸਕਦੇ ਹਾਂ ਇਹ ਬਹੁਤ ਜਾਣਾ ਬਈ ਆ ਪੂਰੀ ਸਮੂਦਨੈਸ ਇਹਦੇ ਵਿੱਚ ਵੀ ਪੂਰੀ ਰੇਸ ਓਕੇ ਆ ਜੀ ਜਿਹੜੀ ਅਸੀਂ ਬੰਨੀ ਹੋਈ ਸੀ ਤੁਹਾਨੂੰ ਵੀਡੀਓ ਦੇਖੀ ਆ ਜੇ ਅਤੇ ਦੇਖੋ ਬਈ ਆ ਦੋਨੋਂ ਟਰੈਕਟਰ ਜਿਹੜੇ 9-11 ਅਤੇ 22 ਇਹਨਾਂ ਦੀ ਸਮੂਦਨੈਸ ਬਹੁਤ ਜ਼ਿਆਦਾ ਹੈ ਅਤੇ ਅਸੀਂ ਛਾਤਰੀ ਤਾਂ ਨਹੀਂ ਲਾਈ ਕਿਉਂਕਿ ਆ ਬਿਨਾਂ ਛਾਤੇ ਤੋਂ ਵਧੀਆ ਲੱਗਦਾ ਕਿਉਂਕਿ ਬਸ ਤੁਹਾਨੂੰ ਪਤਾ ਹੀ ਆ ਬਸ 22 ਦਾ ਇਤਿਹਾਸ ਅਤੇ ਆਹ ਬਈ ਫਾਰਮ ਟਰੈਕ ਹੈ 60 ਹੈ ਮੈਨੂੰ ਲੱਗਦਾ ਦੇਖਦੇ ਹਾਂ ਬਈ ਪਰਚੇਜ਼ ਹੋ ਰਿਹਾ ਕਿਹੜਾ ਬਈ ਆਹ ਇਹਦੇ ਬਈ ਚਿੱਟੀ ਚਿੱਟੀ ਹੁੱਕ ਲੱਗੀ ਹੈ ਅਤੇ ਚਿੱਟੇ ਚਿੱਟੇ ਚੱਕੇ ਨੇ ਇਹਦੇ ਬਈ ਆਹ ਹੈਗਾ ਬਈ 45 ਹਾਂ 45 ਆ ਬਈ ਆਹ ਅਤੇ ਇਹਦੇ ਆਪਾਂ ਨੇ ਡੈੱਕ ਲਾਇਆ ਹੋਇਆ ਅਤੇ ਛੱਤੀ ਲਾਈ ਹੋਈ ਆ ਪੂਰੇ ਚੌੜੇ ਟਾਇਰ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਸਮੂਦਨੈਸ ਬਹੁਤ ਵਧੀਆ ਹੈ ਅਤੇ ਅੱਗੇ ਹੁੱਕ ਲੱਗੀ ਹੈ ਸ਼ਾਇਦ ਅਟੈਚ ਹੁੰਦੀ ਅਸੀਂ ਅਟੈਚ ਕਰਕੇ ਦੇਖੀ ਬਾਕੀ ਤੁਸੀਂ ਦੇਖ ਸਕਦੇ ਹੋ ਅਤੇ ਅੱਗੇ ਬਈ ਆ ਨਿਊ ਹੋਲੈਂਡ ਬਈ ਤੁਸੀਂ ਇਹਨੂੰ ਵੀ ਜਾਣਦੇ ਹੋ ਆਹ ਵੀ ਪੂਰਾ ਵਧੀਆ ਟਰੈਕਟਰ ਹੈ ਇਹਦੀ ਵੀ ਸਮੂਦਨੈਸ ਬਹੁਤ ਵਧੀਆ ਹੈ ਅਤੇ ਅੱਗੇ ਮੁੱਦਾ ਜਿਹਾ ਹੈ ਇਹ ਪਿੱਛੇ ਸਿਉਠਾ ਹੋਇਆ ਅੱਗੇ ਸਮੁਦਾ ਹੈ ਔਰ ਬਈ ਇਹਦੇ ਵੀ ਅਸੀਂ ਛੱਤਰੀ 'ਤੇ ਡੈੱਕ ਲਗਾਇਆ ਹੋਇਆ ਹੈ ਪੂਰਾ ਵਧੀਆ ਹੈ ਆਹ ਬਈ ਕਿਹੜਾ ਮਾਡਲ ਹੈ 36-30 ਹੈ ਬਈ ਮਾਡਲ ਆਹ ਐਨ ਓਕੇ ਬਈ ਚੌੜੇ ਟਾਇਰ ਨੇ ਤੁਸੀਂ ਦੇਖ ਸਕਦੇ ਹੋ ਕਾਲੇ ਕਾਲੇ ਰਿਮ ਹੈ ਔਰ ਅੰਜਣ ਓਕੇ ਹੈ ਕਰਾਇਆ ਹੋਇਆ ਹੈ ਦੋ ਲੈਟੇ ਹੈ ਆਗੇ ਵਾਲੀ ਅੱਗੇ ਬਈ ਅਸੀਂ ਜੌਨ ਡੀਅਰ ਹੈ ਤੁਸੀਂ ਦੇਖੋ ਆ ਗਿਆ ਬਈ ਹਾਂ ਆਹ ਬਈ ਜੌਨ ਡੀਅਰ ਅੱਗੇ ਵੇਟ ਲੱਗਾ ਹੈ ਪੂਰੇ ਓਕੇ ਟਾਇਰ ਨੇ ਉੱਚੇ ਟਾਇਰ ਨੇ ਅਤੇ ਉੱਪਰ ਛੱਤਰੀ ਲੱਗੀ ਹੋਈ ਹੈ ਦੋ ਲੈਟਾਂ ਨੇ ਛੱਤਰੀ 'ਤੇ ਅਤੇ ਬਈ ਪੂਰੀ ਸਮੂਦਨੈਸ ਇਹਦੇ ਵਿੱਚ ਵੀ ਬਾਕੀ ਸਾਰਿਆਂ ਦੀ ਵਧੀਆ ਹੈ ਪਰ ਫਿਰ ਵੀ ਇਹਨਾਂ ਦੀ ਕੁਛ ਬੈਟਰ ਹੈ ਜਿਹੜੇ ਅਸੀਂ ਇੱਧਰ ਐਡ ਕਰੇ ਹੋਏ ਨੇ ਅਤੇ ਤੁਸੀਂ ਦੇਖੋ ਅੱਗੇ ਕਿਹੜਾ ਅੱਗੇ ਅਸੀਂ ਬਈ ਕਰ ਰਹੇ ਹਾਂ ਬੁਲਟ ਤੁਸੀਂ ਦੇਖੋ ਬੁਲਟ ਦੀ ਬਹੁਤ ਡਿਮਾਂਡ ਹੈ ਅੱਜ ਕੱਲ੍ਹ ਅਤੇ ਬਈ ਬੁਲਟ ਦੀ ਅਸੀਂ ਬੋਡੀ ਜ਼ਰੂਰ ਚੇਂਜ ਕਰਾਂਗੇ ਫਿਲਹਾਲ ਆਹ ਵੀ ਕੁਛ ਬੈਟਰ ਹੈ ਅਤੇ ਇਹਦੀ ਰੀਅਲ ਵੋਇਸ ਹੈ ਜਮਾਂ ਹੀ ਅਸੀਂ ਬਈ ਇਹਦੀ ਬੋਡੀ ਜਿਸ ਦਿਨ ਵੀ ਕੋਈ ਨਿਊ ਆਏਗੀ ਮੋਡੀਫਾਈ ਕਰ ਦਾਂਗੇ ਵਿਦ ਰੀਅਲ ਵੋਇਸ ਬਈ ਜੇ ਅਸੀਂ ਬਈ ਬੋਡੀ ਮੋਡੀਫਾਈ ਕਰਾਂਗੇ ਵੋਇਸ ਆਹੀ ਰਹੇਗੀ ਵੋਇਸ ਵਿੱਚ ਕੋਈ ਚੇਂਜ ਨਹੀਂ ਹੋਏਗਾ ਬਸ ਲੋਗੋ ਲਾ ਕੇ ਇਹਦੀ ਟੈਂਕੀ ਟੁੰਕੀ ਜੋ ਵੀ ਇੱਥੇ ਸਪੇਸ ਬਾਕੀ ਰਹਿੰਦੀ ਆ ਉਹ ਪੂਰੀ ਓਕੇ ਕਰ ਦਾਂਗੇ ਅਤੇ ਤੁਸੀਂ ਦੇਖੋ ਆਹ ਪੂਰਾ ਓਕੇ ਹੈ ਇਹਦੇ ਵਿੱਚ ਵੀ ਕੋਈ ਹਲੇ ਤੱਕ ਕੋਈ ਕੰਪਲੇਂਟ ਨਹੀਂ ਹੈਗੀ ਓਕੇ ਬਈ ਇਹ ਸਮੂਦਨੈਸ ਹੈ ਬਸ ਕੱਟ ਥੋੜ੍ਹਾ ਤੇਜ਼ ਮਾਰਦਾ ਤੁਹਾਨੂੰ ਦੇਖ ਕੇ ਚਲਾਉਣਾ ਪਏਗਾ ਠੀਕ ਹੈ ਬਈ ਅਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਤੁਹਾਨੂੰ ਕੋਈ ਬਈ ਮੋਡ ਨਹੀਂ ਮਿਲਿਆ ਇੱਥੇ ਸਾਡੇ ਚੈਨਲ 'ਤੇ ਸਰਚ ਕਰ ਸਕਦੇ ਹੋ ਉੱਥੇ ਵੀ ਸਾਰਾ ਪ੍ਰੋਸੈਸ ਦਿੱਤਾ ਹੋਇਆ ਵੀ ਕਿਵੇਂ ਐਡ ਕਰਨਾ ਵਿਦ ਸਾਰਾ ਪ੍ਰੂਫ ਹੈ ਬਈ ਉਹਦੇ ਵਿੱਚ ਅਤੇ ਨੀਚੇ ਡਿਸਕ੍ਰਿਪਸ਼ਨ ਵਿੱਚ ਹਰ ਵੀਡੀਓ ਦੇ ਉਹਦੇ ਮੋਡ ਦਾ ਲਿੰਕ ਹੈ ਅਤੇ ਆਹ ਬਈ ਨਿਊ ਫਲੈਗ ਹੈ ਆਪਣੇ ਕਿਸਾਨ ਏਕਤਾ ਦਾ ਰੇਂਜ ਰੋਵਰ ਕਿਸੇ ਹੋਰ ਦਿਨ ਲੈ ਕੇ ਆਵਾਂ ਬਈ ਇਹਦੇ ਵਿੱਚ ਥੋੜ੍ਹੀ ਕਮੀ ਹੈ ਹਲੇ ਅਤੇ ਆਹ ਦੇਖੋ ਬਈ ਫਲੈਗ ਕਿਸਾਨ ਏਕਤਾ ਦਾ ਆਹ ਧਰਨੇ 'ਤੇ ਬੇਸਡ ਹੈ ਆਪਣੇ ਕਿਸਾਨਾਂ ਦੇ ਅਤੇ ਤੁਸੀਂ ਦੱਸੋ ਕਿਵੇਂ ਦਾ ਲੱਗਿਆ ਨਿਊ ਨੋ ਫਾਰਮਰ ਨੋ ਫੂਡ ਠੀਕ ਹੈ ਬਈ ਆਹ ਸਾਡਾ ਝੰਡਾ ਹੈ ਔਰ ਇੱਕ ਹੋਰ ਝੰਡਾ ਬਈ ਆ ਅੱਗੇ ਪਿੱਛੇ ਵਾਲੇ ਝੰਡੇ ਨੇ ਬਾਕੀ ਸੇਮ ਨੇ ਦੋਨੋਂ ਤੁਹਾਨੂੰ ਦੱਸੋ ਬਾਈ ਕਿਵੇਂ ਦੇ ਲੱਗੇ ਅਤੇ ਤੁਸੀਂ ਬਾਈ ਵੀਡੀਓ ਨੂੰ ਲਾਈਕ ਕਰੋ ਆਹ ਸਾਰੇ ਆਪਣੇ ਟਰੈਕਟਰ ਨੇ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਠੀਕ ਹੈ ਜੀ ਆਪਣੇ ਕੋਲ ਨੇ ਕਿੰਨੇ ਟਰੈਕਟਰ ਨੇ ਆਹ ਫਾਰਮ ਟਰੈਕ ਬੜਾ ਘੈਂਟ ਹੈ ਤੁਸੀਂ ਦੇਖ ਸਕਦੇ ਹੋ ਅਤੇ ਬਾਈ ਲਾਰਸ ਅਤੇ ਆਹ ਦੇਖੋ ਬਾਈ ਆਪਣੇ ਕੋਲ ਨੇ 3-3-6-7 ਅਤੇ 8ਵਾਂ ਬੁਲਟ ਹੈ ਬਾਈ ਰੱਬ ਰੱਖਾ ਬਾਈ ਤੁਸੀਂ ਗੋਡ ਬਲੈਸ ਯੂ